ਦਿਓ ਤੇ ਫਿਰ ਮੈਂ ਦੁਆ ਪੜਾਂ ਜੀ। ਹਾਂ ਤੇ ਆਖੇ ਮੈਨੂੰ ਜੰਨਤ ਦੀ ਖਾਹਿਸ਼ ਬੜੀ, 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 ਜੇ ਮੈਨੂੰ ਖਾਹਿਸ਼ ਬੜੀ, ਤੇ ਆਖੇ ਮੈਨੂੰ ਜੰਨਤ ਦੀ ਖਾਹਿਸ਼ ਬੜੇ, ਤੇ ਆਖੇ ਮੈਨੂੰ ਜੰਨਤ ਦੀ ਖਾਹਿਸ਼ ਬੜੀ, ਤੇ ਆਖੇ ਮੈਨੂੰ ਜੰਨਤ ਦੀ ਖਾਹਿਸ਼ ਬੜੀ। ਇੱਕ ਬੁਜਾਰਤ ਪੇਸ਼ ਕਰੇ ਨਾ ਦੁਨੀਆਂ ਦੇ ਵਿੱਚ ਰਹਿ ਕੇ, ਇੱਕ ਬੁਜਾਰਤ ਪੇਸ਼ ਕਰੇ ਨਾ ਦੁਨੀਆਂ ਦੇ ਵਿੱਚ ਰਹਿ ਕੇ, ਕੌਣ ਹੈ ਜਿਹੜਾ ਦੋਜ਼ਖ ਦੇ ਦਰਵਾਜ਼ੇ ਉੱਤੇ ਬਹਿ ਕੇ, ਤੇ ਆਖੇ ਮੈਨੂੰ ਜੰਨਤ ਦੀ ਖਾਹਿਸ਼ ਬੜੀ। ਤੁਹਾਡਾ ਇੱਕ ਤਾਲੁਕ ਮੈਂ ਸਵਾਸਥ ਪੜਿਆ ਜੀ, ਬਿਸਮਿਲਾ ਕਰ ਭਾਜਨ। ਇੱਧਰ ਵਾਲੇ ਬੰਦੇ ਯਾਦ ਹੀ ਨਹੀਂ ਕਰ ਰਹੇ, ਲੇਕਿਨ ਤੁਹਾਡੇ ਵਾਸਤੇ ਪੜਿਆ ਭਾਈ। ਟੁਰਦਾ ਪਏ ਆਏ ਔਖੇ ਰਸਤੇ ਹੁਕਮ ਰਸੂਲ ਭੁਲਾ ਕੇ, ਟੁਰਦਾ ਪਏ ਆਏ ਔਖੇ ਰਸਤੇ ਹੁਕਮ ਰਸੂਲ ਭੁਲਾ ਕੇ, ਦੁਨੀਆਦਾਰਾ ਪਿੱਛੇ ਲੱਗੇ ਧੋਖੇ ਦੇ ਵਿੱਚ ਆ ਕੇ, ਦੁਨੀਆਦਾਰਾ ਪਿੱਛੇ ਲੱਗੇ ਧੋਖੇ ਦੇ ਵਿੱਚ ਆ ਕੇ, ਜਿਹੜੇ ਹਿੰਦ ਦੀਨ ਦੇ ਬਾਨੀ ਉਹਨਾਂ ਦੀ ਕਦਰ ਨਾ ਜਾਣੀ, ਤੇ ਕੀਤੀ ਨਾ ਫਰਮਾਨੀ ਇਹ ਗੱਲ ਦੀ ਹੈਰਾਨੀ, ਦੁਸ਼ਮਣ ਆ ਰਸੂਲ ਦਾ ਬਣਿਆ ਪਟੜੀ ਉੱਤੋਂ ਲੈ ਕੇ, ਦੁਸ਼ਮਣ ਆ ਰਸੂਲ ਦਾ ਬਣਿਆ ਪਟੜੀ ਉੱਤੋਂ ਲੈ ਕੇ, ਜਿੰਨਾ ਦੇ ਕੋਲ ਜੰਨਤ ਨਹੀਂ ਉਹਨਾਂ ਦੇ ਪੈਰੀ ਪੈ ਕੇ, ਤੇ ਆਖੇ ਮੈਨੂੰ ਜੰਨਤ ਦੀ ਖਾਹਿਸ਼ ਬਣੇ। ਚਲੋ ਕੋਈ ਤਾਂ ਲਿਆ ਹੋਇਆ ਤੁਹਾਡੇ ਵਾਸਤੇ ਸ਼ੇਰ ਦੇ, ਕਬਰੇ ਹੁਸੈਨ ਤੇ ਖੜਾ। ਇਹ ਜਿਤਨੇ ਮੇਰੇ ਮਾਤਮੀ ਨੇ ਚੁੱਕੇ ਇਹਨਾਂ ਦੀ ਵਜ੍ਹਾ ਤੋਂ, ਇਹ ਸਾਰਾ ਪੰਡਾਲ ਖਲੋ ਕੇ ਦਾਤ ਦੇ, ਤੁਹਾਡੀ ਦਾਤ ਥੋੜ੍ਹੀ ਜਿਹੀ, ਸ਼ੇਰ ਵੱਡਾ ਜੇ ਅਗਰ ਸਮਝ ਆ ਗਿਆ ਤਾਂ ਹਰ ਬੰਦੇ ਵਾਸਤੇ ਆਓ ਰਲ ਕੇ ਸਪੀਕਰ ਤੇ, ਤੁਹਾਡੀ ਜ਼ੁਬਾਨ ਦੀ ਤੁਹਾਡੇ ਦਿਲ ਦੀ ਤਰਜਮਾਨੀ ਕਰਦੇ ਬਾਬਾ ਜੀ, ਸ਼ੇਰ ਪੜਨ ਲੱਗਾ। ਗੱਲ ਕਿਹੜੀ ਆਖ ਰਹੇ, ਜੈ ਪੈਗੰਬਰ ਕੀਤੇ ਰੱਬ ਨੇ 14 ਤਬਕ ਬਣਾਏ, ਜੈ ਪੈਗੰਬਰ ਕੀਤੇ ਰੱਬ ਨੇ 14 ਤਬਕ ਬਣਾਏ, ਉਹਦੀ ਪਿਆਰੀ ਉਹਦਾ ਹਿੱਸਾ ਇੱਕੋ ਦੀ ਜ਼ਹਰਾ ਏ, ਉਹਦੀ ਪਿਆਰੀ ਉਹਦਾ ਹਿੱਸਾ ਇੱਕੋ ਦੀ ਜ਼ਹਰਾ ਏ, ਤੇ ਬਾਬਾ ਪਾਕ ਪੈਗੰਬਰ ਤੇ ਸ਼ੌਹਰ ਸਾਕੀਏ ਕੌਸਰ, ਤੇ ਬਛੜੇ ਖੁੱਲਦੇ ਅਫਸਰ, ਫਰਿਸ਼ਤੇ ਦਰਦੇ ਨੌਕਰ, ਜਾਂਦੇ ਘਰ ਵਿੱਚ ਪਾਕ ਮੁਹੰਮਦ ਆਣੀ ਇਜਾਜ਼ਤ ਲੈ ਕੇ, ਜਾਂਦੇ ਘਰ ਵਿੱਚ ਪਾਕ ਮੁਹੰਮਦ ਆਣੀ ਇਜਾਜ਼ਤ ਲੈ ਕੇ, ਉਸੇ ਪਾਕ ਬਤੂਲ ਦਾ ਸਾਰੀ ਜ਼ਿੰਦਗੀ ਦੁਸ਼ਮਣ ਰਹਿ ਕੇ, ਤੇ ਆਖੇ ਮੈਨੂੰ ਜੰਨਤ ਦੀ ਖਾਹਿਸ਼ ਬੜੇ। ਜੀ ਓ ਯਾਰ ਸਲਾਮ ਹੈ ਤੁਹਾਡੇ, ਕਿਹਦੇ ਨੂੰ ਸਲਾਮ? ਨੌਕਰ ਯਾ ਅਲੀ ਅਲੈਹਿ ਸਲਾਤੁ ਵਸਲਾਮ। ਪੜਾਂਗਾ ਜੀ, ਇੱਕ ਤੇ ਲਾਜ਼ਮੀ ਪੜਨਾ ਜੇ, ਜਿਵੇਂ ਬਈ ਹਾਇਦਰੀ ਯਾ ਅਲੀ ਅਲੈਹਿ ਸਲਾਤੁ ਵਸਲਾਮ, ਬਿਸਮਿਲਾ ਕਰਾ। ਅੱਛਾ ਜੀ, ਸਾਰਿਆਂ ਦੇ ਵੀ ਤੇ ਫਿਰ ਪੜਦੇ ਆ। ਚਲੋ ਜਿਹੜੇ ਨਹੀਂ ਬੋਲ ਸਕੇ ਉਹਨਾਂ ਵਾਸਤੇ ਦੁਬਾਰਾ ਪੜ ਦੇਣਾ, ਜੈ ਪੈਗੰਬਰ ਕੀਤੇ ਰੱਬ ਨੇ 14 ਤਬਕ ਬਣਾਏ, ਜੈ ਪੈਗੰਬਰ ਕੀਤੇ ਰੱਬ ਨੇ 14 ਤਬਕ ਬਣਾਏ, ਉਹਦੀ ਪਿਆਰੀ ਉਹਦਾ ਹਿੱਸਾ ਇੱਕੋ ਦੀ ਜ਼ਹਰਾ ਏ, ਉਹਦੀ ਪਿਆਰੀ ਉਹਦਾ ਹਿੱਸਾ ਇੱਕੋ ਦੀ ਜ਼ਹਰਾ ਏ, ਤੇ ਬਾਬਾ ਪਾਕ ਪੈਗੰਬਰ ਤੇ ਸ਼ੌਹਰ ਸਾਕੀਏ ਕੌਸਰ, ਤੇ ਬਛੜੇ ਖੁੱਲਦੇ ਅਫਸਰ, ਫਰਿਸ਼ਤੇ ਦਰਦੇ ਨੌਕਰ, ਜਾਂਦੇ ਘਰ ਵਿੱਚ ਪਾਕ ਮੁਹੰਮਦ ਆਣੀ ਇਜਾਜ਼ਤ ਲੈ ਕੇ, ਜਾਂਦੇ ਘਰ ਵਿੱਚ ਪਾਕ ਮੁਹੰਮਦ ਆਣੀ ਇਜਾਜ਼ਤ ਲੈ ਕੇ, ਉਸੇ ਪਾਕ ਬਤੂਲ ਦਾ ਸਾਰੀ ਜ਼ਿੰਦਗੀ ਦੁਸ਼ਮਣ ਰਹਿ ਕੇ, ਤੇ ਆਖੇ ਮੈਨੂੰ ਜੰਨਤ ਦੀ ਖਾਹਿਸ਼ ਬੜੀ। ਜੀਓ ਯਾ ਅਲੀ ਅਲੈਹਿ ਸਲਾਤੁ ਵਸਲਾਮ। ਹਸਨੈਨ ਜਵਾਨਾਂ ਨੇ ਜੰਨਤ ਦੇ ਸਰਦਾਰ ਹਨ, ਤੁਸੀਂ ਸੁਣਿਆ ਉਹਨਾਂ ਨੂੰ ਜਿਵੇਂ ਉਹ ਪੜ੍ਹਦੇ ਨੇ ਉਹ ਪੜਾਂ। ਹੁਸੈਨ ਜਵਾਨਾਂ ਨੇ ਜੰਨਤ ਦੇ ਸਰਦਾਰ ਹਨ, ਕਿਸੇ ਬੁੱਢੇ ਉੱਥੇ ਨਹੀਂ ਬਹਿਣਾ, ਉੱਥੇ ਥੁੱਕਣ ਦੀ ਥਾਂ ਨਹੀਂ ਹੋਣੀ। ਉਹ ਬਾਬਾ ਜੀ ਸਾਰੇ ਜਵਾਨ ਹੋ ਕੇ ਬੈਸਣ, ਰੀਸ਼ ਮੁਬਾਰਕ ਹੁਸ ਜਨਾਬੇ ਸਰਵਰ ਕਨਾਤ ਦੀ, ਜਨਾਬ ਇਬਰਾਹੀਮ ਅਲੈਹਿ ਸਲਾਮ ਦੀ। ਜਿਹੜੇ ਤੁਸੀਂ ਬਾਕੀ ਵਾਕਈ ਜਵਾਨ ਬੈਠੇ ਹੋ, ਤੁਸੀਂ ਹਜੇ ਹੀ ਜਵਾਨ ਨੂੰ ਪਰੇਸ਼ਾਨ ਕਿਉਂ ਹੁੰਦੇ ਸਾਰੇ? ਹਸਨੈਨ ਜਵਾਨਾਂ ਨੇ ਜੰਨਤ ਦੇ ਸਰਦਾਰ ਨੇ, ਸ਼ੇਰ ਸੁਣਨਾ ਜੇ। ਜੰਨਤ ਦੇ ਵਸਨੀਕ ਜਵਾਨਾਂ ਦਾ ਸਰਦਾਰ ਹੁਸੈਨ ਏ, ਜੰਨਤ ਦੇ ਵਸਨੀਕ ਜਵਾਨਾਂ ਦਾ ਸਰਦਾਰ
सैने माएं दी को नैन दी मलका खुल्द बरीन दी सैने माएं दी को नैन दी मलका खुल्द बरीन दी सैने हिराना पाक पयंबर ते प्यू तकदीर ते कादर बिरा पंचतंदा दिल पर ते आप खुदा दा नासर जैंदा घोड़ा बड़े मुहम्मद रसाबा विच रह के जैंदा घोड़ा बड़े मुहम्मद रसाबा विच रह के ओ सुसैन दा घोड़ा रोके हाथ कलाशन लेके ते आके मैनू